ਤਰਨਤਾਰਨ ਦੇ ਥਾਣੇਦਾਰ ਗੋਇਲ ਨੂੰ ਖੁਫੀਆ ਏਜੰਸੀ ਰਾਹ ਦੇ ਜੀ ਬਣਾਇਆ ਗਿਆ। ਚੰਡੀਗੜ੍ਹ ਭਾਰਤ ਦੀ ਖੁਫੀਆ ਏਜੰਸੀ ਰਾਹ ਦੇ ਡਾਇਰੈਕਟਰ ਸਮੇਤ ਗੋਇਲ ਮਲੇਰਕੋਟਲਾ ਦੇ ਜੰਮਪਲ ਹਨ। ਪੰਜਾਬ ਵਿੱਚ ਖੜਕੂਬਾਰ ਦੌਰਾਨ ਗੋਇਲ ਨੇ ਅਹਿਮ ਭੂਮਿਕਾ ਨਿਭਾਈ ਸੀ। ਪਿਛਲੇ ਦਿਨੀ ਪਾਕਿਸਤਾਨ ਸਥਿਤ ਦਹਿਸ਼ਤਗਰਦੀ ਟਿਕਾਣਿਆਂ ਤੇ ਬਾਲਾਕੋਟ ਏਅਰ ਸਟ੍ਰਾਈਕ ਕਰਨ ਵਾਲੀ ਟੀਮ ਦੇ ਮੁੱਖ ਮੈਂਬਰ ਵੀ ਰਹਿ ਚੁੱਕੇ ਹਨ। ਇਸੇ ਕਾਰਨ ਕੇਂਦਰ ਸਰਕਾਰ ਨੇ ਇਹਨਾਂ ਨੂੰ ਅਹਿਮ ਭੂਮਿਕਾ ਸੌਂਪੀ ਹੈ। ਸਮਿਤ ਗੋਇਲ 1984 ਬੈਚ ਦੇ IPS ਅਧਿਕਾਰੀ ਹਨ। ਉਹਨਾਂ ਦੀ ਪਹਿਲੀ ਪੋਸਟਿੰਗ ਤਰਨ ਤਾਰਨ ਦੇ ਥਾਣਾ ਝੰਬਾਲ ਵਿੱਚ ਬਤੌਰ SHO ਹੋਈ ਸੀ। ਇਹ IPS ਅਧਿਕਾਰੀ ਵਜੋਂ ਉਹਨਾਂ ਦਾ ਸਿਖਲਾਈ ਕਾਲ ਸੀ। ਇਸ ਤੋਂ ਬਾਅਦ ਉਹ ਗੁਰਦਾਸਪੁਰ ਅੰਮ੍ਰਿਤਸਰ ਸਮੇਤ ਸਰਹੱਦੀ ਇਲਾਕਿਆਂ ਵਿੱਚ ਬਤੌਰ SSP ਤਾਇਨਾਤ ਰਹੇ ਹਨ। ਗੋਇਲ ਪੰਜਾਬ ਦਾ ਮੁਖੀ ਲੱਗਣ ਦੀ ਦੌੜ ਵਿੱਚ ਸ਼ਾਮਿਲ ਰਹੇ ਸਨ। ਪਿਛਲੇ ਪੁਲਿਸ ਮੁਖੀ DGP ਸੁਰੇਸ਼ ਅਰੋੜਾ ਦੇ ਸੇਵਾ ਮੁਕਤ ਹੋਣ ਮਗਰੋਂ ਸੁਮਿਤ ਗੋਇਲ ਵੀ ਇਸ ਅਹੁਦੇ ਤੇ ਆਉਣ ਦੇ ਇੱਛੁਕ ਸਨ, ਪਰ ਦਿਨਕਰ ਗੁਪਤਾ ਨੂੰ ਪੰਜਾਬ ਦਾ DGP ਥਾਪਿਆ ਗਿਆ। ਸੁਰੇਸ਼ ਅਰੋੜਾ ਦਾ ਵੀ ਕਹਿਣਾ ਹੈ ਕਿ ਗੋਇਲ ਦੇ ਰਾਮ ਮੁਖੀ ਲੱਗਣ ਕਾਰਨ ਪੰਜਾਬ ਨੂੰ ਵੀ ਕਾਫੀ ਲਾਭ ਮਿਲੇਗਾ, ਕਿਉਂਕਿ ਉਹ ਸਰਹੱਦੀ ਇਲਾਕੇ ਦੀ ਬਹੁਤ ਜਾਣਕਾਰੀ ਰੱਖਦੇ ਹਨ। ਜ਼ਿਕਰਯੋਗ ਹੈ ਕਿ ਗੋਇਲ ਕੌਮੀ ਸੁਰੱਖਿਆ ਏਜੰਸੀ ਦੇ ਮੁਖੀ ਅਜੀਤ ਡੋਭਾਲ ਦੇ ਨਜ਼ਦੀਕੀ ਵੀ ਰਹਿ ਚੁੱਕੇ ਹਨ। ਲਗਾਤਾਰ ਸਰਹੱਦੀ ਇਲਾਕਿਆਂ ਦੀ ਸੇਵਾ ਦਿੰਦੇ ਹੋਣ ਕਾਰਨ ਉਹ ਜੰਮੂ ਕਸ਼ਮੀਰ ਦੀਆਂ ਸ਼ਾਮਿਲ ਮਾਮਲਿਆਂ ਦੀ ਵੀ ਜਾਣਕਾਰੀ ਰੱਖਦੇ ਹਨ। ਉਹ ਪਾਕਿਸਤਾਨ ਨਾਲ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਤੇ ISI ਦੀਆਂ ਸਰਗਰਮੀਆਂ ਤੇ ਵੀ ਨਜ਼ਰ ਰੱਖਦੇ ਹਨ।